ਫਿਰੋਜ਼ਪੁਰ ਦੇ ਅੱਜ ਅਸੀਂ ਉਸ ਥਾਂ ਤੇ ਪਹੁੰਚੇ ਹੈਗੇ ਆ ਜਿੱਥੇ ਤਿੰਨ ਪਾਸੇ ਸਤਲੁਜ ਦਰਿਆ ਲੱਗਦਾ ਤਾਂ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਹੈਗੀ ਹੈ। ਤਸਵੀਰ ਤੁਹਾਨੂੰ ਦਿਖਾ ਦਿੰਦਾ, ਕਾਲੂ ਵਾਲਾ ਪਿੰਡ ਹੈ ਜਿੱਥੇ ਅਸੀਂ ਪਹੁੰਚੇ ਆ, ਤਾਂ ਬੇੜੇ ਦੀ ਪਹਿਲੇ ਤਸਵੀਰ ਤੁਹਾਨੂੰ ਦਿਖਾ ਦਈਏ। ਛੋਟੀ ਕਿਸ਼ਤੀ ਹੈਗੀ, ਇੱਕ ਵੱਡਾ ਬੇੜਾ ਹੁੰਦਾ ਪਰ ਉਹ ਇੱਥੇ ਨਹੀਂ ਹੈਗਾ। ਆਰਜੀ ਪੁੱਲ ਵੀ ਲੱਗਦਾ ਪਰ ਪਾਣੀ ਦਾ ਪੱਧਰ ਵਧਣ ਕਰਕੇ ਉਹ ਆਰਜੀ ਪੁੱਲ ਜਿਹੜਾ ਲੱਥ ਜਾਂਦਾ ਹੈਗਾ, ਪਰ ਇਸ ਕਿਸ਼ਤੀ ਦੇ ਜ਼ਰੀਏ ਹੀ ਉਸ ਕਾਲੂ ਵਾਲਾ ਪਿੰਡ ਤੋਂ ਜਿਹੜਾ ਸ਼ਹਿਰ ਵੱਲ ਨੂੰ ਆਉਂਦੇ ਹੈਗੇ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸ਼ਤੀ ਵੀ ਜਿਹੜੀ ਹੈ ਉਹ ਸਹੀ ਨਹੀਂ ਹੈਗੀ, ਟੁੱਟੀ ਹੋਈ ਹੈ। ਬੁਨਿਆਦੀ ਸੁਵਿਧਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ ਵੀ ਇਸ ਪਿੰਡ ਦੇ ਵਿੱਚ ਨਹੀਂ ਹੈਗੀਆਂ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਦੀ, ਕਿ ਕਿਸ਼ਤੀ ਦੇ ਹਾਲਾਤ ਕੀ ਹੈਗੇ ਨੇ। ਅਸੀਂ ਪਿੰਡ ਦੇ ਵਿੱਚ ਵੀ ਲੈ ਕੇ ਚੱਲਾਂਗੇ, ਗੱਲਬਾਤ ਵੀ ਕਰਾਂਗੇ, ਤਾਂ ਤੁਹਾਨੂੰ ਦੱਸਾਂਗੇ ਕੀ ਸੁਵਿਧਾਵਾਂ ਜਿਹੜੀਆਂ ਹੋਰ ਚਾਹੀਦੀਆਂ ਹੈਗੀਆਂ ਨੇ। ਕਾਲੂ ਵਾਲਾ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੈਗੇ ਹਾਂ। ਤਿੰਨ ਪਾਸੇ ਸਤਲੁਜ ਦਰਿਆ ਤਾਂ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਖੇਤਾਂ ਦੇ ਵਿੱਚ ਆ ਤਾਂ ਨਾਲ ਘਰ ਹੈ, ਲੋਕ ਵੀ ਸਾਡੇ ਨਾਲ ਮੌਜੂਦ ਹੈ, ਤੁਸੀਂ ਦੇਖ ਸਕਦੇ ਹੋ। ਖੇਤ ਵੀ ਹੈਗੇ ਨੇ ਤਾਂ ਸਰਹੱਦ ਵੀ ਜਿਹੜੀ ਹੈ ਉਹ ਨਾਲ ਲੱਗਦੀ ਹੈਗੀ ਹੈ। ਤਾਂ ਸਾਡੇ ਨਾਲ ਲੋਕ ਵੀ ਮੌਜੂਦ ਹੈ, ਇੱਥੋਂ ਦੇ ਵਾਸੀ ਨੇ, ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਭਜਨ ਸਿੰਘ ਜੀ। ਇਹ ਇੱਥੋਂ ਦੀ ਕਿੱਥੋਂ ਦੇ ਰਹਿਣ ਵਾਲੇ ਜੀ? ਮੈਂ ਇੱਥੋਂ ਦੇ ਰਹਿਣ ਵਾਲਾ ਜੀ। ਅੱਛਾ, ਕੀ ਸੁਵਿਧਾਵਾਂ ਜਿਹੜੀਆਂ ਇੱਥੇ ਨਹੀਂ ਹੈਗੀਆਂ ਉਹ ਚਾਹੀਦੀਆਂ ਹੈਗੀਆਂ ਤੁਹਾਨੂੰ? ਸੁਵਿਧਾਵਾਂ ਸਾਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਪੁੱਲ ਦੀ। ਅੱਛਾ ਜੀ। ਹਾਂਜੀ ਹਾਂਜੀ, ਹੁਣ ਪੁੱਲ ਚੁੱਕ ਦਿੰਦੇ ਨੇ ਅਤੇ ਬਹੁਤ ਔਖਾ ਹੋ ਜਾਂਦਾ ਸਾਡੇ ਵਾਸਤੇ। ਐਮਰਜੈਂਸੀ ਜਦੋਂ ਪੈਂਦੀ ਹੈ ਤਾਂ ਕਿਵੇਂ ਜਾਂਦੇ ਹੋ ਤੁਸੀਂ? ਬੇੜੀਆਂ ਰਾਹੀਂ ਅਤੇ ਜਾਠੇ ਲੈ ਕੇ ਚਲੇ ਜਾਂਦੇ ਨੇ ਬਸ। ਅੱਛਾ। ਹਾਂ, ਬਹੁਤ ਦਿੱਕਤ ਆਉਂਦੀ ਹੈ। ਜਿਹੜੀ ਬੇੜੀ ਆ ਉਹ ਛੋਟੀ ਹੈ, ਛੋਟੀ ਨਾਲ ਦਿੱਕਤ ਨਹੀਂ ਆਉਂਦੀ ਤੁਹਾਨੂੰ? ਆਉਂਦੀ, ਦਿੱਕਤ ਕਿਉਂ ਨਹੀਂ ਆਉਂਦੀ? ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਜਿਵੇਂ ਖੇਤੀ ਕਰਨੀ ਹੁੰਦੀ ਵੱਡੇ ਸੰਦ ਚਾਹੀਦੇ ਆ, ਟਰੈਕਟਰ ਤਾਂ ਪਾਰ ਹੀ ਹੋਣਗੇ। ਹਾਂਜੀ ਹਾਂਜੀ। ਤਾਂ ਫਿਰ ਕਿਵੇਂ ਲੈ ਕੇ ਆਉਂਦੇ ਉੱਧਰ? ਉਹ ਫਿਰ ਕਈ ਵਾਰ ਪਹਿਲੇ ਜਦੋਂ ਪੁੱਲ ਚੱਕਣ ਤੋਂ ਪਹਿਲਾਂ ਲੈ ਆਈਦਾ। ਅੱਛਾ। ਬਾਅਦ 'ਚ ਫਿਰ ਇੱਥੇ ਰੱਖ ਲਈਦਾ, ਸੰਦ ਲੈ ਜਾਂਦੇ ਸਾਡੇ। ਹਾਂਜੀ। ਕੀ ਡਾਕਟਰ ਆਉਂਦੇ ਆ ਇੱਥੇ ਪਿੰਡਾਂ 'ਚ? ਕੋਈ ਨਹੀਂ ਆਉਂਦਾ। ਕੋਈ ਨਹੀਂ ਆਉਂਦਾ। ਹਾਂਜੀ। ਸੁਵਿਧਾਵਾਂ ਉਹ ਨਹੀਂ ਮਿਲਦੀਆਂ ਹੈਗੀਆਂ? ਕੋਈ ਨਹੀਂ ਸੁਵਿਧਾਵਾਂ ਮਿਲਦੀਆਂ, ਪਿਛੜਿਆ ਇਲਾਕਾ ਹੀ ਸਮਝ ਲਓ। ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ, ਕਿ ਉਮੀਦਾਂ ਹੈਗੀਆਂ ਨੇ ਕਿ ਉਹ ਵੇਖੂਗੀ ਇੱਧਰ? ਉਹ ਹੀ ਦੂਜਿਆਂ ਵਰਗੇ ਹੀ ਨੇ, ਕੋਈ ਨਹੀਂ ਸੀ। ਹਾਂਜੀ ਹਾਂਜੀ, ਕੋਈ ਬਦਲਾਅ ਨਹੀਂ ਵੇਖਣ ਨਹੀਂ ਮਿਲਿਆ। ਕੋਈ ਨਹੀਂ ਹਲੇ ਤੀਕਰ। ਹਾਂਜੀ ਹਾਂਜੀ। ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਮੌਜੂਦ ਹੈ, ਕੀ ਨਾਮ ਹੈ ਜੀ ਤੁਹਾਡਾ? ਪ੍ਰੀਤਮ ਸਿੰਘ। ਪ੍ਰੀਤਮ ਜੀ, ਕਦੋਂ ਤੋਂ ਇੱਥੇ ਰਹਿੰਦੇ ਜੀ? ਮੈਂ 2001 ਦਾ ਜਨਮ ਆ ਮੇਰਾ, ਉਦੋਂ ਦੀ ਇੱਥੇ ਇੱਥੇ। ਹਾਂਜੀ। ਤਾਂ ਕੀ ਬਦਲਾਅ ਵੇਖਿਆ? ਕੁਛ ਨਹੀਂ, ਸਾਰੀ ਸਰਕਾਰਾਂ ਬਸ ਵੋਟਾਂ ਲੈਣ ਆਉਂਦੀਆਂ, ਅਸੀਂ ਆਹ ਕਰਦੇ ਹਾਂ ਉਹ ਕਰਦੇ, ਇੱਕ ਵਾਰੀ ਵੋਟ ਪੈ ਜਾਏ ਉਦੋਂ ਬਾਅਦ ਕੋਈ ਨਹੀਂ ਆਉਂਦਾ। ਕੋਈ ਨਹੀਂ। ਹਾਂ, ਹੁਣ ਆਮ ਆਦਮੀ ਤੁਹਾਨੂੰ ਕੀ ਚੀਜ਼ ਜਿਹੜੀ ਹੈ ਉਹ ਇੱਥੇ ਚਾਹੀਦੀ ਹੈਗੀ, ਕਿਹੜੀਆਂ ਨਹੀਂ ਹੈਗੀਆਂ ਸੁਵਿਧਾਵਾਂ? ਨਹੀਂ ਹੈਗੀਆਂ ਜ਼ਰੂਰੀ, ਸਾਨੂੰ ਪੋਲ ਚਾਹੀਦੀ ਹੈ ਬਈ, ਮੁਸ਼ਕਿਲ ਜਦੋਂ ਆਉਂਦੀ ਆ, ਕਈ ਵਾਰ ਕਿਸ਼ਤੀ ਪਾਰ ਹੁੰਦੀ ਆ ਅਤੇ ਮੰਨ ਲਏ ਪੇਸ਼ੈਂਟ ਹੁੰਦਾ ਹੈ ਅਤੇ ਕਈ ਵਾਰ ਜ਼ਿਆਦਾ ਹੀ ਹੁੰਦਾ ਅਤੇ ਕਿਸ਼ਤੀ ਪਾਰ ਹੋਏ ਤਾਂ ਫਿਰ ਉਹਦੀ ਡੈਥ ਇੱਥੇ ਹੀ ਹੋ ਜਾਂਦੀ। ਅੱਛਾ, ਇੱਥੇ ਹੀ ਹੋ ਜਾਂਦੀ ਹੈ। ਅਸੀਂ ਵੀ ਕਿਸ਼ਤੀ ਤੋਂ ਲੰਘ ਕੇ ਆਏ ਹੈਗੇ ਹਾਂ, ਬਰਸਾਤ ਹੋ ਰਹੀ ਸੀਗੀ, ਪਤਾ ਹੀ ਹੈ ਕਿੰਨੀ ਮੁਸ਼ਕਿਲ ਨਾਲ ਲੰਘ ਕੇ ਆਏ ਹੋ। ਹੁਣ ਤਾਂ ਮਲਾਹ ਵੀ ਨਹੀਂ ਹੈਗਾ, ਜਦੋਂ ਮਲਾਹ ਬੈਠਦੇ ਹਾਂ ਉਦੋਂ ਥੋੜ੍ਹਾ ਸੌਖਾ ਹੋ ਜਾਂਦਾ, ਹੁਣ 4 ਦਿਨ ਹੈਗੇ ਆ, ਜਿੰਨਾ ਚਿਰ ਮਲਾਹ ਨਹੀਂ ਹੁੰਦਾ ਉਦੋਂ ਬਹੁਤ ਦਿੱਕਤ ਆ। ਤਾਂ ਫਿਰ ਤੈਰਨਾ ਆਉਂਦਾ ਪਿੰਡ ਵਾਲਿਆਂ ਨੂੰ ਤੁਹਾਨੂੰ? ਕਈਆਂ ਕਈਆਂ ਨੂੰ ਆਉਂਦਾ, ਕਈਆਂ ਨੂੰ ਨਹੀਂ ਆਉਂਦਾ। ਕਈਆਂ ਨੂੰ ਨਹੀਂ ਆਉਂਦਾ। ਹੁਣ ਜਿਵੇਂ ਛੋਟੀ ਕਿਸ਼ਤੀ ਹੈ, ਪਹਿਲੇ ਵੱਡੀ ਇੱਥੇ ਬੇੜਾ ਹੁੰਦਾ ਸੀ, ਛੋਟੀ ਕਿਸ਼ਤੀ ਹੈ, ਛੋਟੀ ਕਿਸ਼ਤੀ ਕਿੰਨੀ ਦਿੱਕਤ ਹੁੰਦੀ ਹੈ? ਬਹੁਤ ਜ਼ਿਆਦਾ, ਇਹਦੇ 10-15 ਬਈ ਬੰਦੇ ਜਾਂਦੇ ਆ, ਜੇ ਵੱਡਾ ਹੋਵੇ ਉਹਦੇ 40-50 ਜਾਣੇ ਇੱਕ ਵਾਰ ਚਲੇ ਜਾਂਦੇ ਆ ਅਤੇ ਦਿੱਕਤ ਤਾਂ ਹੁੰਦੀ ਹੈ। ਸ਼ਾਮ ਨੂੰ ਇੱਥੇ 100-50 ਬੰਦਾ ਇਕੱਠਾ ਹੋ ਜਾਂਦਾ, ਫਿਰ ਵਾਰੀ ਵਾਰੀ ਨਾਲ ਲੰਘਦੇ ਆ, ਕਈ ਵਾਰ ਲੜਾਈ ਹੋ ਜਾਂਦੀ, ਜਿਹਨਾਂ ਜ਼ਿਆਦਾ ਕਾਲੀ ਉਹ ਫਿਰ ਬੋਲਦੇ ਆ। ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈਗਾ, ਤਾਂ ਸੁਵਿਧਾਵਾਂ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ, ਕਿਉਂਕਿ ਖੇਤੀ ਵੀ ਇਸ ਪਾਰ ਹੈਗੀ ਹੈ ਕਈਆਂ ਦੀ, ਤਾਂ ਰਿਹਾਇਸ਼ ਵੀ ਇੱਥੇ ਹੈਗੀ ਹੈ ਕਾਲੂ ਵਾਲਾ ਪਿੰਡ ਦੇ ਵਿੱਚ, ਤਾਂ ਦਿੱਕਤਾਂ ਕਾਫੀ ਹੈਗੀਆਂ ਨੇ। ਸਰਕਾਰਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈਗਾ, ਜਿਹੜੀਆਂ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਹੈਗੀਆਂ ਉਹਨੂੰ ਦੂਰ ਕਰਨਾ ਚਾਹੀਦਾ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।